ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਪੋਡਕਾਸਟ ਦੇ ਵਿੱਚ। ਔਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪੋਡਕਾਸਟ ਦਾ ਵਿਸ਼ਾ ਬਹੁਤ ਹੀ ਬਰਨਿੰਗ ਔਰ ਬਹੁਤ ਹੀ ਜ਼ਿਆਦਾ ਜਿਹੜਾ ਫੇਮਸ ਵਿਸ਼ਾ ਹੁੰਦਾ ਅਸੀਂ ਉਹਦੇ ਉੱਤੇ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਵਿਸ਼ੇ ਤੇ ਨਾਲ ਰੂਬਰੂ ਕਰਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਵਾਂ ਕਿ ਜਿਵੇਂ ਤੁਹਾਨੂੰ ਪਤਾ ਕਿ ਅੱਜ ਦੇ ਦੌਰ ਦੇ ਵਿੱਚ ਟੈਕਨੋਸੇਵੀ ਦੌਰ ਦੇ ਵਿੱਚ AI ਆਰਟੀਫਿਸ਼ਲ ਇੰਟੈਲੀਜੈਂਸ ਦਾ ਕਿੰਨਾ ਜ਼ਿਆਦਾ ਇੰਪੋਰਟੈਂਟ ਰੋਲ ਬਣ ਚੁੱਕਾ ਹੋਇਆ। ਹਰ ਜਗ੍ਹਾ ਆਰਟੀਫਿਸ਼ਲ ਇੰਟੈਲੀਜੈਂਸ ਹੀ ਹੋਈ ਪਈ ਹੈ। ਜੀ ਹਾਂ, ਅੱਜ ਦੇ ਇਸ ਪੋਡਕਾਸਟ ਦੇ ਵਿੱਚ ਸਾਡੇ ਸਟੂਡੀਓ ਵਿੱਚ ਜੁੜੇ ਹੋਏ ਸਾਡੇ ਨਾਲ ਇੰਜੀਨੀਅਰ ਨਵੀਨ ਚੱਡਾ ਜੀ, ਇਹਨਾਂ ਦਾ ਪਹਿਲਾਂ ਤਾਂ ਸਵਾਗਤ ਕਰਦਾ ਵਾਂ ਸਾਡੇ ਇਸ ਪੋਡਕਾਸਟ ਦੇ ਵਿੱਚ, ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਆਰਟੀਫਿਸ਼ਲ ਇੰਟੈਲੀਜੈਂਸ ਹੁੰਦਾ ਕੀ ਹੈ ਅਤੇ ਨਾਲ ਦੀ ਨਾਲ ਇਹਦੇ ਕੀ ਫਾਇਦੇ ਹੈ ਔਰ ਕੀ ਅੱਗੇ ਬੱਚਿਆਂ ਲਈ ਕਿੰਨਾ ਬੈਨੀਫਿਟ ਹੈ। ਸਭ ਤੋਂ ਪਹਿਲਾਂ ਤਾਂ ਸੇਨ ਸੋਲਜਰ ਦੀ ਪੂਰੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਰ, ਥੈਂਕ ਯੂ ਤੁਸੀਂ ਮੈਨੂੰ ਆਪਣੇ ਇੱਥੇ ਇਨਵਾਈਟ ਕੀਤਾ AI ਦੇ ਬਾਰੇ, ਆਰਟੀਫਿਸ਼ਲ ਇੰਟੈਲੀਜੈਂਸ ਦੇ ਰਿਗਾਰਡਿੰਗ ਗੱਲ ਕਰਨ ਲਈ। ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਵਿਹੜੇ ਵਿੱਚ ਆਏ। ਸ਼ੁਕਰੀਆ ਸਰ। ਅਤੇ ਸਭ ਤੋਂ ਪਹਿਲਾਂ ਤਾਂ ਨਵੀਨ ਜੀ, ਸਾਡਾ ਪਹਿਲਾ ਸਵਾਲ ਇਹੀ ਹੈ ਔਰ ਮੇਰੇ ਨਾਲ ਨਾਲ ਸਾਰੇ ਸਾਨੂੰ ਦੇਖ ਰਹੇ ਦਰਸ਼ਕਾਂ ਦਾ ਇਹੀ ਸਵਾਲ ਹੈ ਕਿ ਵਟ ਇਜ਼ AI, ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੈ ਕੀ? ਸਰ, ਜਦੋਂ ਅਸੀਂ ਕਿਸੇ ਚੀਜ਼ ਨੂੰ ਡਿਫਾਈਨ ਕਰਨ ਲੱਗਦੇ ਜ਼ਿੰਦਗੀ ਦੇ ਵਿੱਚ, ਸਰ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਸਾਨੂੰ ਉਹਦੇ ਨਾਮ ਤੋਂ ਹੀ ਦੇਖ ਲੈਣਾ ਚਾਹੀਦਾ ਕਿ ਉਹ ਚੀਜ਼ ਕੀ ਹੈ। ਅਸੀਂ ਦੇਖਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਇੰਟੈਲੀਜੈਂਸ ਕੀ ਹੈ? ਸਾਡੀ ਕਸ਼ਮਤਾ ਕਿਸੇ ਚੀਜ਼ ਨੂੰ, ਅਸੀਂ ਇਹ ਦੇਖ ਰਹੇ ਹਾਂ ਕਿ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਸਹੀ ਨਹੀਂ ਹੈ, ਡਿਸਟਿੰਗੁਇਸ਼ ਕਰਨ ਦੀ, ਡਿਫਰੈਂਸੀਏਸ਼ਨ ਕਰਨ ਦੀ। ਜਦੋਂ ਅਸੀਂ ਆਪਣੀ ਜਿਹੜੀ ਨੈਚੁਰਲ ਇੰਟੈਲੀਜੈਂਸ ਹੈ, ਹਿਊਮਨ ਇੰਟੈਲੀਜੈਂਸ ਹੈ, ਉਹਨੂੰ ਅਸੀਂ ਮਸ਼ੀਨ ਦੇ ਵਿੱਚ ਪਾ ਦਈਏ, ਦੈਟ ਇਜ਼ ਕਾਲਡ ਐਜ਼ ਆਰਟੀਫਿਸ਼ੀਅਲ ਇੰਟੈਲੀਜੈਂਸ। ਉਹ ਇੰਟੈਲੀਜੈਂਸ ਜਿਹੜੀ ਭਗਵਾਨ ਨੇ ਮਸ਼ੀਨਸ ਨੂੰ ਨਹੀਂ ਦਿੱਤੀ, ਆਰਟੀਫਿਸ਼ੀਅਲ ਹੈ, ਹਿਊਮਨਸ ਨੇ ਮਸ਼ੀਨਸ ਨੂੰ ਦਿੱਤੀ ਹੈ। ਯਾਨੀ ਜਦੋਂ ਮਸ਼ੀਨਸ ਹਿਊਮਨਸ ਦੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਹਿਊਮਨਸ ਪ੍ਰੋਗਰਾਮ ਕਰ ਰਹੇ ਮਸ਼ੀਨਸ ਨੂੰ, ਜਿਹੜੀਆਂ ਮਸ਼ੀਨਸ ਉਹ ਥਿੰਕ ਕਰ ਰਹੀਆਂ ਲਾਈਕ ਹਿਊਮਨਸ, ਨੋਟ ਪ੍ਰੋਪਰਲੀ ਥਿੰਕ ਕਰ ਰਹੀਆਂ ਬਟ ਹਿਊਮਨਸ ਦੀ ਤਰ੍ਹਾਂ ਥਿੰਕ ਕਰ ਰਹੀਆਂ ਕੁਝ ਪੈਰਾਮੀਟਰ ਦੇ ਉੱਪਰ, ਅਸੀਂ ਉਹਨੂੰ ਕਹਿੰਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ। ਜੀ ਜੀ ਨਵੀਨ ਜੀ, ਮੇਰੇ ਜਿਹੜੇ ਸਵਾਲ ਹੋਣਗੇ ਉਹ ਸਿਰਫ ਮੇਰੇ ਸਵਾਲ ਨਹੀਂ ਹੈ ਜੀ, ਸਾਡੇ ਦਰਸ਼ਕਾਂ ਦੇ ਵੀ ਸਵਾਲ ਨੇ। ਸਾਡਾ ਸੇਂਟ ਸੋਲਜਰ ਟਾਈਮ ਦੀ ਇੱਕ ਬਹੁਤ ਵੱਡੀ ਸੇਂਟ ਸੋਲਜਰ ਇੱਕ ਗਰੁੱਪ ਹੈ, ਉਹਦੀ ਫੈਮਿਲੀ ਹੈ ਜਿਹੜੀ ਕਿ ਸਟੂਡੈਂਟਸ ਐਜੂਕੇਸ਼ਨ ਨੂੰ ਪ੍ਰਮੋਟ ਕਰਦੀ ਹੈ। ਸੋ ਉਹਨਾਂ ਦੇ ਸਵਾਲ ਇੱਕ ਬੱਚੇ ਦੇ ਸਵਾਲ ਤੋਂ ਲੈ ਕੇ ਇੱਕ ਗ੍ਰੈਜੂਏਟ ਬੱਚੇ ਦਾ ਸਵਾਲ, ਕਿਉਂਕਿ ਸੇਂਟ ਸੋਲਜਰ ਇੱਕ ਇਹੋ ਜਿਹਾ ਗਰੁੱਪ ਹੈ ਜਿਹੜਾ ਇੱਕ ਬੱਚਾ ਆਉਂਦਾ ਅਤੇ ਇੱਕ ਉਹ ਹੈਂਡਸਮ ਪਰਸਨੈਲਿਟੀ ਬਣ ਕੇ ਨਿਕਲਦਾ। ਜੀ ਸਰ ਜੀ। ਸੋ ਸਾਡੇ ਜਿਹੜੇ ਸਵਾਲ ਸਿਰਫ ਇੱਦਾਂ ਦੇ ਹੋਣਗੇ ਜਿਹੜੇ ਬੱਚਿਆਂ ਲਈ ਵੀ ਅਸੀਂ ਬੈਨੀਫਿਸ਼ੀਅਲ ਹੋਣੇ ਚਾਹੀਦੇ। ਠੀਕ ਜੀ ਸਰ, ਠੀਕ। ਤੁਸੀਂ ਦੱਸਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਕਿ ਭਗਵਾਨ ਦੁਆਰਾ ਇਮੋਸ਼ਨਸ, ਭਾਵੇਂ ਉਹ ਚੀਜ਼ਾਂ ਨਹੀਂ ਹੋਣਗੀਆਂ ਪਰ ਲੇਕਿਨ ਉਹ ਇੰਟੈਲੀਜੈਂਸ ਸਾਡੇ ਕੰਪਿਊਟਰ ਦੇ ਵਿੱਚ ਹੈ। ਹਾਂਜੀ ਸਰ। ਕਈ ਵਾਰ ਅੱਜ ਤਾਂ ਕੁਝ ਇਹੋ ਜਿਹੇ ਐਪਲੀਕੇਸ਼ਨਸ ਆ ਗਈਆਂ ਨੇ ਜੀ ਕਿ ਤੁਸੀਂ ਉਹਨੂੰ ਹਾਏ ਕਰੋ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਉਹਨੂੰ ਸਾਨੂੰ ਰਿਵਰਟ ਬੈਕ ਹਾਏ ਦਾ ਹੀ ਆਉਂਦਾ ਕਿ ਕਿਆ ਉਹਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਲੱਗੀ ਹੋਈ ਹੈ ਜਿਹੜੀ ਇਹ ਸਾਰਾ ਪ੍ਰੋਗਰਾਮ ਕਰਦੀ ਹੈ, ਕਿਉਂ ਹੁੰਦਾ ਹੈ? ਸਰ, ਇਹਨੂੰ ਸਮਝਾਉਣ ਲਈ ਮੇਰਾ ਖਿਆਲ ਹੈ ਇੱਕ ਇਗਜ਼ਾਮਪਲ ਸਭ ਤੋਂ ਵਧੀਆ ਚੀਜ਼ ਰਹੂਗੀ। ਜਿੱਦਾਂ ਸਰ ਅਸੀਂ ਸਭ ਤੋਂ ਇੱਕ ਇੱਦਾਂ ਦੀ ਜਿਹੜੀ ਇਗਜ਼ਾਮਪਲ ਅਸੀਂ ਆਪਣੇ ਐਵਰੀਡੇ ਲਾਈਫ 'ਚ ਵਰਤਦੇ, ਰੋਜ਼ਮਰਾ ਦੀ ਜ਼ਿੰਦਗੀ 'ਚ ਵਰਤਦੇ, ਉਹ ਹੈ ਗੂਗਲ ਦੀ। ਅਸੀਂ ਵੋਇਸ ਅਸਿਸਟੈਂਟ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਮੋਬਾਈਲ ਔਨ ਅਨਲੋਕ ਕਰਦੇ ਹਾਂ, ਉਹਨੂੰ ਕਹਿੰਦੇ ਹੈਲੋ ਗੂਗਲ ਜਾਂ ਹਾਈ ਗੂਗਲ। ਹਾਂਜੀ ਸਰ, ਉਸੇ ਟਾਈਮ 'ਤੇ ਗੂਗਲ ਅਸਿਸਟੈਂਟ ਸਕਰੀਨ 'ਤੇ ਪੋਪਅਪ ਆ ਜਾਂਦਾ ਹੈ ਜੀ। ਸਰ, ਦੈਟ ਇਜ਼ ਆਰਟੀਫਿਸ਼ੀਅਲ ਇੰਟੈਲੀਜੈਂਸ, ਤੁਹਾਡੀ ਜਿਹੜੀ ਨੈਚੁਰਲ ਵੋਇਸ ਹੈ। ਸਰ, ਅਸੀਂ ਇਹਨੂੰ ਕਹਿੰਦੇ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, NLP AI ਦੇ ਵਿੱਚ। NLP ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੱਕ ਬੜਾ ਇੰਪੋਰਟੈਂਟ ਪਾਰਟ ਹੈ। ਇਸ ਤੋਂ ਬਿਨਾਂ ਜਿਹੜੇ ਸਪੀਚ ਦੇ ਰਿਗਾਰਡਿੰਗ, ਸਪੀਚ ਰਿਕੋਗਨੀਸ਼ਨ ਦੇ ਰਿਗਾਰਡਿੰਗ ਕਈ ਚੀਜ਼ਾਂ ਉਹ ਨਹੀਂ ਪੋਸੀਬਲ ਹੈ ਜੀ। ਤਾਂ ਜਦੋਂ ਫੋਰ ਐਗਜ਼ਾਮਪਲ ਜਦੋਂ ਤੁਸੀਂ ਗੂਗਲ ਨੂੰ ਕਿਹਾ ਹੈਲੋ ਗੂਗਲ ਜੀ, ਗੂਗਲ ਕੀ ਕਰ ਰਿਹਾ? ਤੁਹਾਡੀ ਜਿਹੜੀਆਂ ਅਨਾਲਿਸਿਸ ਕਰ ਰਿਹਾ ਤੁਹਾਡੀ ਵੋਇਸ ਦੀ, ਤੁਸੀਂ ਕਿੱਥੇ ਪੌਜ਼ ਲੈ ਰਹੇ ਹੋ, ਕਿਹੜੇ ਸ਼ਬਦ ਤੁਸੀਂ ਯੂਜ਼ ਕਰ ਰਹੇ ਹੋ, ਉਹਨਾਂ ਦੇ ਕਿਹੜੇ ਸਿਨੋਨਿਮਸ ਯੂਜ਼ ਕੀਤੇ, ਕਿਹੜੇ ਐਂਟੋਨਿਮਸ ਤੁਸੀਂ ਯੂਜ਼ ਕਰ ਰਹੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੈਕਟ ਕਰਕੇ ਗੂਗਲ ਤੁਹਾਨੂੰ ਫਾਈਨਲ ਰਿਜ਼ਲਟ ਦੇ ਰਿਹਾ। ਉਹ ਸਰ, ਇਹ ਇੱਕ ਇੱਕ ਸੈਕਿੰਡ ਦੇ ਘੱਟ ਤੋਂ ਵੀ ਟਾਈਮ 'ਚ ਹੋ ਰਿਹਾ। ਅੱਛਾ, ਕਿਉਂਕਿ AI ਇੱਕ ਇੱਦਾਂ ਦੀ ਐਕਸਟ੍ਰੀਮਲੀ ਫਾਸਟ ਸਾਡੇ ਕੋਲ ਟੈਕਨੋਲੋਜੀ ਹੈ ਜਿਹੜੀ ਕਿ ਤੁਹਾਡਾ ਇੱਕ ਸੈਕਿੰਡ ਅੰਦਰ ਅੰਦਰ ਤੁਹਾਨੂੰ ਸਾਰੇ ਰਿਜ਼ਲਟ ਸ਼ੋਅ ਕਰ ਰਹੀ ਹੈ ਜੀ। ਸੋ ਸਾਡੀ ਜਿਹੜੀ ਸਪੀਚ ਰਿਕੋਗਨੀਸ਼ਨ ਹੈ, ਦੂਸਰੀ ਐਗਜ਼ਾਮਪਲ ਜੇ ਤੁਸੀਂ ਲੈਣਾ ਚਾਹੋ ਕਿ ਤੁਸੀਂ ਆਪਣੇ ਮੋਬਾਈਲਸ ਵਗੈਰਾ, ਉਹ ਜਦੋਂ ਅਸੀਂ ਉਹਨੂੰ ਫੇਸ ਅਨਲੋਕ ਕਰਦੇ ਹਾਂ ਫੇਸ ਦੇ ਥਰੂ, ਦੈਟ ਇਜ਼ ਆਲਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਜੀ। ਤੁਹਾਡਾ ਜਿਹੜਾ ਫੇਸ ਹੈ, ਆਈਡੀ ਸਕੈਨਰਸ ਹੈ, ਆਈ ਸਕੈਨਰਸ ਹੈ, ਫਿੰਗਰਪ੍ਰਿੰਟ ਸਕੈਨਰਸ ਹੈ, ਉਹਨੂੰ ਪ੍ਰੈਸ ਕਰਦੇ ਤੁਸੀਂ ਅਨਲੋਕ ਕਰ ਸਕਦੇ ਹੋ ਫੋਨ ਨੂੰ ਜੀ। ਵਾਈ? ਬਿਕੋਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਤੁਹਾਡਾ ਇਹ ਫੀਚਰਸ ਲਏ ਜਾ ਰਹੇ, ਉਹਨੂੰ ਸਟੋਰ ਕੀਤਾ ਜਾ ਰਿਹਾ ਪ੍ਰਾਈਵੇਟਲੀ ਜੀ, ਐਂਡ ਦੈਨ ਫਿਰ ਉਹ ਕੰਪੇਅਰ ਕੀਤੇ ਜਾ ਰਹੇ ਤੁਹਾਡੇ
ਜਦੋਂ ਤੁਸੀਂ ਸਕੈਨ ਕਰ ਰਹੇ ਹੋ ਤੁਹਾਡੇ ਫੇਸ ਦੇ ਨਾਲ ਉਹਨੂੰ ਕੰਪੈਰੀਜ਼ਨ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜਾ ਕੇ ਅਨਲੌਕ ਹੋ ਗਿਆ ਸੋ ਸਰ ਸਾਡੇ ਛੋਟੀ ਛੋਟੀ ਲਾਈਫ ਦੀ ਚੀਜ਼ਾਂ ਦੇ ਵਿੱਚ ਚੀਜ਼ਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਬਹੁਤ ਆਸਾਨ ਬਣਾ ਦਿੱਤਾ ਹੈ ਬਿਲਕੁਲ ਸਹੀ ਗੱਲ ਹੈ ਦੇਖੋ ਇਹ ਸਹੀ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਉਹ ਚੀਜ਼ ਕਹਿ ਰਹੇ ਹੋ ਜੀ ਸਾਡਾ ਮੰਨਣਾ ਜਾਂ ਅਸੀਂ ਇਹ ਲੋਕ ਸੋਚਦੇ ਹਾਂ ਕਿ ਜਿਹੜੀ ਨੇਚਰ ਹੈ ਕੁਦਰਤ ਹੈ ਜੀ ਸਰ ਉਹਦੇ ਉਹਨੂੰ ਜਿੱਥੇ ਜਿੱਥੇ ਤੱਕ ਸਾਇੰਟਿਸਟ ਨੇ ਜਾਂ ਸਾਇੰਸ ਨੇ ਸਮਝਿਆ ਟੈਕਨੋਲੋਜੀ ਨੇ ਸਮਝਿਆ ਜੀ ਉਹਨੂੰ ਆਪਣੀ ਪਰਿਭਾਸ਼ਾ ਦੇ ਦਿੱਤੀ ਉਹਨੂੰ ਟੈਕਨੋਲੋਜੀ ਕਹਿਤਾ ਜੀ ਬਿਲਕੁਲ ਕਿਉਂਕਿ ਨੇਚਰ ਚੋਂ ਹੀ ਟੈਕਨੋਲੋਜੀ ਨਿਕਲੀ ਹੈ ਸਭ ਕੁਝ ਨੇਚਰ ਦੇ ਥਰੂ ਹੀ ਇਨਸਪਾਇਰਡ ਹੈ ਐਗਜ਼ੈਕਟਲੀ ਸੋ ਕਿਤੇ ਨਾ ਕਿਤੇ ਇਹ ਹਾਨੀਕਾਰਕ ਵੀ ਹੋ ਸਕਦੀਆਂ ਨੇ ਜੀ ਸਰ ਹਰ ਚੀਜ਼ ਦੇ ਦੋ ਪਹਿਲੂ ਹੈ ਇੱਕ ਹਾਨੀਕਾਰਕ ਹੈ ਔਰ ਇੱਕ ਸਾਡੇ ਲਈ ਫਾਇਦੇ ਲਈ ਹੈ ਜੀ ਸਰ AI ਸਭ ਤੋਂ ਜਦੋਂ ਅਸੀਂ ਦੇਖਦੇ ਹਾਂ ਇਹਦੇ ਹਾਲਾਂਕਿ ਫਾਇਦੇ ਤਾਂ ਬਹੁਤ ਹੈ ਲੇਕਿਨ ਹਾਨੀਕਾਰਕ ਵੀ ਜ਼ਰੂਰ ਹੈ ਸਭ ਤੋਂ ਪਹਿਲੀ ਸਰ ਚੀਜ਼ ਹੈ ਕਿ ਜਿਹੜੇ AI ਹੈ ਸੈਂਸਿਟਿਵ ਡਿਸੀਜਨ ਨਹੀਂ ਲੈ ਪਾਉਂਦਾ ਜੀ ਫੋਰ ਐਗਜ਼ਾਮਪਲ ਜਿੱਦਾਂ ਅਸੀਂ ਇੱਕ ਹਿਊਮਨ ਇੰਟੈਲੀਜੈਂਸ ਹੈ ਜੀ ਸਰ ਜਦੋਂ ਅਸੀਂ ਛੋਟੇ ਛੋਟੇ ਸੈਂਸਿਟਿਵ ਡਿਸੀਜਨਸ ਲੈਂਦੇ ਹਾਂ AI ਉਹਦੇ 'ਤੇ ਕੰਮ ਨਹੀਂ ਕਰ ਪਾਊਗਾ ਉਹਦਾ ਕਾਰਨ ਹੈ ਕਿ ਅਸੀਂ ਆਪਣੇ ਇਮੋਸ਼ਨਸ ਨੂੰ ਲੈ ਕੇ ਅਸੀਂ ਕੀ ਸੋਚ ਰਹੇ ਹਾਂ ਸਾਡੇ ਆਸ ਪਾਸ ਦੀ ਕੰਡੀਸ਼ਨਸ ਕੀ ਹੈ ਸੋਸਾਇਟੀ ਦੀ ਕੰਡੀਸ਼ਨਸ ਕੀ ਹੈ ਸਾਹਮਣੇ ਵਾਲੇ ਦੀ ਕੰਡੀਸ਼ਨਸ ਕੀ ਹੈ ਇਹਨਾਂ ਸਾਰਿਆਂ ਨੂੰ ਕੰਸੀਡਰ ਕਰਕੇ ਅਸੀਂ ਇਮੋਸ਼ਨਲੀ ਇੱਕ ਡਿਸੀਜਨ ਲੈ ਰਹੇ ਹਾਂ ਪ੍ਰੈਕਟੀਕਲ ਇਮੋਸ਼ਨਸ ਇਨ ਇਮੋਸ਼ਨਲੀ ਇਨ ਦ ਸੈਂਸ ਕਿ ਸਾਰੀ ਇਮੋਸ਼ਨ ਨੂੰ ਕੰਸੀਡਰ ਕਰਦੇ ਹੋਏ ਕਿ ਕਿਆ ਮੈਨੂੰ ਇਹ ਚੀਜ਼ ਕਰਨਾ ਚਾਹੀਦਾ ਕਿ ਅੱਜ ਕੋਈ ਗਲਤ ਤਾਂ ਨਹੀਂ ਹੋ ਜਾਊਗਾ ਲੇਕਿਨ ਸਰ ਮਸ਼ੀਨ ਕੋ ਇਮੋਸ਼ਨਲ ਇੰਟੈਲੀਜੈਂਸ ਨਹੀਂ ਹੈ ਜੀ 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 ਔਰ ਸਰ ਮੇਰਾ ਨਹੀਂ ਖਿਆਲ ਹੈ ਕਿ ਨੀਅਰ ਫਿਊਚਰ ਦੇ ਵਿੱਚ ਅਸੀਂ ਇਹਨੂੰ ਨੀਅਰ ਰੀਸੈਂਟ ਫਿਊਚਰ ਦੇ ਵਿੱਚ ਅਸੀਂ ਇਹਨੂੰ ਨਹੀਂ ਦੇਖ ਪਾਵਾਂਗੇ ਕਿ AI ਇਮੋਸ਼ਨਲ ਜਿਹੜੇ ਡਿਸੀਜਨਸ ਹੈ ਉਹ ਨਹੀਂ ਲੈ ਪਾਊਗਾ ਨਹੀਂ ਲੈ ਪਾਏਗਾ ਕਿਉਂਕਿ ਬਿਲਕੁਲ ਸਹੀ ਗੱਲ ਹੈ ਕਿਉਂਕਿ ਉਹੀ ਗੱਲ ਹੈ ਕਿ ਟੈਕਨੋਲੋਜੀ ਨੇ ਤਾਂ ਸਿਰਫ ਟੈਕਨੋਲੋਜੀ ਤੌਰ ਤੇ ਉਹਨਾਂ ਨੇ ਉੱਥੇ ਤੱਕ ਫੋਕਸ ਜਾਣਾ ਸਰ AI ਕੰਮ ਕਰ ਰਹੀ ਹੈ ਪੈਰਾਮੀਟਰ ਸੇ ਜਿੱਦਾਂ ਜੇ ਮੈਂ AI ਨੂੰ ਕਹਿ ਰਿਹਾ ਕਿ ਮੈਨੂੰ ਗੂਗਲ ਨੂੰ ਫੋਰ ਐਗਜ਼ਾਮਪਲ ਮੈਂ ਕਹਿ ਰਿਹਾ ਮੈਨੂੰ ਮੌਸਮ ਦਾ ਹਾਲ ਦੱਸੋ ਉਹਨੇ ਪੈਰਾਮੀਟਰ ਸਰ ਯੂਜ਼ ਕਰ ਰਿਹਾ ਜੈਸੇ ਫੋਰ ਐਗਜ਼ਾਮਪਲ ਵੈਦਰ ਲੋਕੇਸ਼ਨ ਕੀ ਹੈ ਉੱਥੇ ਕਰੰਟ ਵੈਦਰ ਕੀ ਹੈ ਫੋਰ ਐਗਜ਼ਾਮਪਲ ਵਿੰਡ ਦੀਆਂ ਕੀ ਕੰਡੀਸ਼ਨ ਹੈ ਵਿੰਡ ਦੀ ਡਾਇਰੈਕਸ਼ਨ ਕੀ ਹੈ ਉਹ ਸਾਰੀਆਂ ਕੰਡੀਸ਼ਨ ਨੂੰ ਯੂਜ਼ ਕਰਕੇ ਤੁਹਾਨੂੰ ਇੱਕ ਰਿਜ਼ਲਟ ਦੇ ਦਿੱਤਾ ਜਾ ਰਿਹਾ ਉਹ ਤਾਂ ਹਿਊਮਨਸ ਦੀ ਇੰਟਰਫੇਰੈਂਸ ਨਹੀਂ ਹੈ ਹਿਊਮਨਸ ਕੋ ਨਹੀਂ ਪੁੱਛਿਆ ਜਾ ਰਿਹਾ ਜੀ 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 ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਔਰ ਉਹ ਪੋਸੀਬਿਲਿਟੀ ਦੱਸ ਸਕਦਾ ਹੈ ਕਿ ਹੋ ਵੀ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ ਜੀ ਔਰ ਅਸਲੀਅਤ ਵਿੱਚ ਨੇਚਰ ਵੀ ਇਹੀ ਚੀਜ਼ ਹੈ ਕਿ ਉਹ ਵੀ ਪੋਸੀਬਿਲਿਟੀ ਹੈ ਜਾਂ ਬਟ ਉਹਦੇ ਵਿੱਚ ਇਮੋਸ਼ਨ ਸੈਂਸਿਟਿਵ ਡਿਸੀਜਨ ਯੈਸ ਬਿਲਕੁਲ ਸਹੀ ਸਰ ਇਸ ਤੋਂ ਇਲਾਵਾ ਅਸੀਂ ਇਹ ਕਹਿ ਸਕਦੇ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਫਰਦਰ ਡਿਸਐਡਵਾਂਟੇਜ ਹੈ ਇਟ ਇਜ਼ ਵੈਰੀ ਕੋਸਟਲੀ ਜਿਹੜੀ ਇਹਦੀ ਅਪਫਰੰਟ ਕੋਸਟ ਹੈ ਅਪਫਰੰਟ ਕੋਸਟ ਦਾ ਮਤਲਬ ਹੈ ਮੈਂ ਆਪਣੇ ਵਿਊਅਰਸ ਨੂੰ ਦੱਸਦਾ ਜੇ ਅਪਫਰੰਟ ਦਾ ਕੀ ਮਤਲਬ ਹੈ ਕਿ ਸ਼ੁਰੂਆਤ ਦੀ ਕੋਸਟ ਜਦੋਂ ਅਸੀਂ AI ਨੂੰ ਸੈੱਟ ਕਰਨਾ ਚਾਹ ਰਹੇ ਹਾਂ ਮਸ਼ੀਨਸ ਨੂੰ ਸੈੱਟ ਕਰਨਾ ਚਾਹ ਰਹੇ ਹਾਂ ਕੋਡਿੰਗ ਕਰਨੀ ਚਾਹ ਰਹੇ ਹਾਂ ਇਟ ਇਜ਼ ਐਕਸਟ੍ਰੀਮਲੀ ਕੋਸਟਲੀ ਰਾਈਟ ਲੇਕਿਨ ਹਾਲਾਂਕਿ ਇਸ ਚੀਜ਼ ਨੂੰ ਅਸੀਂ ਜ਼ਰੂਰ ਸਹੀ ਕਰ ਸਕਦੇ ਹਾਂ ਇਸ ਡਿਸਐਡਵਾਂਟੇਜ ਨੂੰ ਐਡਵਾਂਟੇਜ ਬਦਲਿਆ ਜਾ ਸਕਦਾ ਲੇਕਿਨ ਉਦੋਂ ਜਦੋਂ ਸਾਡਾ AI ਦੇ ਸਿਸਟਮ ਜਦੋਂ ਪੂਰਾ ਸੈੱਟ ਹੋ ਜਾਵੇ ਕੰਪਲੀਟਲੀ ਇੰਪਲੀਮੈਂਟ ਹੋ ਜਾਵੇ ਔਰ ਕੁਝ ਸਾਲਾਂ ਬਾਅਦ ਇਹ ਕੋਸਟ ਜਿਹੜੀ ਆ ਉਹ ਕਵਰ ਹੋ ਜਾਂਦੀ ਹੈ ਰਾਈਟ ਰਾਈਟ ਜੀ ਤੀਸਰੀ ਚੀਜ਼ ਇਹਦੇ 'ਚ ਅਸੀਂ ਕਹਿ ਸਕਦੇ ਹਾਂ ਐਥੀਕਲ ਇਸ਼ੂਜ਼ ਰਾਈਟ AI ਸਾਡੇ ਪ੍ਰਾਈਵੇਟ ਜਿਹੜੀਆਂ ਪਰਸਨਲ ਡਿਟੇਲਸ ਹੈ ਉਹਨਾਂ ਨੂੰ ਸੇਫ ਰੱਖਣਾ AI ਨੂੰ ਨਹੀਂ ਪਤਾ ਕਿੱਦਾਂ ਰੱਖਣਾ ਸੋ ਇੱਕ ਬਹੁਤ ਜਿਹੜੀ ਅਸੀਂ ਕਹਿ ਸਕਦੇ ਹਾਂ ਖਰਾਬ ਗੱਲ ਹੈ ਅੱਜ ਦੇ ਟਾਈਮ 'ਤੇ ਜੀ ਕਿਉਂਕਿ ਅੱਜ ਦੇ ਟਾਈਮ 'ਤੇ ਸਾਡੇ ਕੋਲ ਬਹੁਤ ਡੇਟਾ ਸਾਡਾ ਬਹੁਤ ਸੈਂਸਿਟਿਵ ਬਹੁਤ ਸੈਂਸਿਟਿਵ ਹੈ ਬਿਲਕੁਲ ਸਹੀ ਗੱਲ ਹੈ ਇਸ ਦੇ ਨਾਲ ਹੀ ਇੱਕ ਸਵਾਲ ਜਿਹੜਾ ਪੈਦਾ ਹੁੰਦਾ ਹੈ ਇੱਕ ਸਵਾਲ ਦਿਮਾਗ 'ਚ ਮੇਰੇ ਆਇਆ ਔਰ ਮੈਂ ਉਮੀਦ ਕਰਦਾ ਸਾਡੇ ਵਿਊਅਰਸ ਦਾ ਵੀ ਇਹੀ ਸਵਾਲ ਹੋਏਗਾ ਜੇ ਆਪਾਂ ਪੁਰਾਣੇ ਟਾਈਮ ਦੀ ਗੱਲ ਕਰੀਏ ਜੀ ਹਾਂਜੀ ਪਹਿਲਾਂ ਤੁਰ ਕੇ ਜਾਂਦੇ ਸੀ ਅਸੀਂ ਬਿਲਕੁਲ ਉਹ ਟਾਈਮ ਬਚਾਉਣ ਦੇ ਨਾਲ ਹਾਂਜੀ ਤਾਂ ਕਿ ਸਾਡਾ ਟਾਈਮ ਬਚੇ ਟੈਕਨੋਲੋਜੀ ਆਈ ਬਾਈਕ ਆਈ ਬਾਈਕ ਦੇ ਵਿੱਚ ਜੇ ਆਪਾਂ ਤੁਰ ਕੇ 20 ਜਾਣੇ ਜਾ ਰਹੇ ਹਾਂ ਇਕੱਠੇ ਜਾ ਰਹੇ ਹਾਂ ਔਰ ਇਕੱਠਿਆਂ ਦੇ ਇਮੋਸ਼ਨਸ ਹੋਰ ਜ਼ਿਆਦਾ ਵੱਧਦੇ ਜੀ ਬਿਲਕੁਲ ਸਰ ਬਾਈਕ ਦੇ ਉੱਤੇ ਸਿਰਫ 2 ਬੰਦੇ ਜਾਂ 3 ਬੰਦੇ ਬੈਠ ਸਕਦੇ ਹੁਣ ਇਹੀ ਸਵਾਲ ਹੈ ਕਿ ਉਹ ਟੈਕਨੋਲੋਜੀ ਨੇ ਟਾਈਮ ਤਾਂ ਬਚਾਇਆ ਹੀ ਬਚਾਇਆ ਪਰ ਮੈਨ ਆਫ ਪਾਵਰ ਜਿਹੜੀ ਸਾਡੀ ਵਰਕਿੰਗ ਆਫ ਮੈਨ ਹੈ ਜਿਹੜੀ ਉਹ ਵੀ ਘੱਟ ਗਈ ਹੈ ਜੀ ਸਰ 2 ਜਣੇ ਜਾ ਸਕਣਗੇ ਜਾਂ ਇੱਕ ਮਸ਼ੀਨ ਆਈ ਜਿੱਥੇ 100 ਬੰਦੇ ਇੰਪਲੋਇਡ ਸੀਗੇ ਬਿਲਕੁਲ ਉੱਥੇ ਉਸ ਮਸ਼ੀਨ ਦੇ ਨਾਲ ਸਿਰਫ 10 ਬੰਦੇ ਇੰਪਲੋਇਡ ਹੋ ਗਏ ਜੀ ਬਾਕੀ ਸਾਰੇ ਬੇਰੁਜ਼ਗਾਰ ਹੋ ਗਏ ਹਾਂਜੀ ਕਿਆ ਇਸ ਚੀਜ਼ ਦਾ AI ਨਾਲ ਕੋਈ ਕਨੈਕਸ਼ਨ ਹੈ ਇੰਪਲੋਇਮੈਂਟ ਦੇ ਨਾਲ ਕੋਈ ਕਨੈਕਸ਼ਨ ਹੈ ਸਰ ਜਿੱਥੇ ਅਸੀਂ ਕਹਿ ਰਹੇ ਹਾਂ ਕਿ AI ਜੋਬਸ ਲੈ ਰਹੀ ਹੈ ਯਾਨੀ ਖਤਮ ਕਰ ਰਹੀ ਹੈ ਉੱਥੇ ਸਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਹਨੂੰ ਕ੍ਰੀਏਟ ਕਰਨ ਲਈ ਯਾਨੀ ਆਰਟੀਫਿਸ਼ੀਅਲ ਮਸ਼ੀਨਸ ਨੂੰ ਅਸੀਂ ਸਾਨੂੰ ਕੋਡਿੰਗ ਕਰਨੀ ਪੈਣੀ ਹੈ ਉਹਨੂੰ ਕੋਡਿੰਗ ਕਰਨ ਲਈ ਵੀ ਸਾਨੂੰ ਸਰ ਪਹਿਲੇ ਬੰਦੇ ਹਾਇਰ ਕਰਨੇ ਪੈਣੇ ਹੈ ਜਿਹੜਾ ਹਿਊਮਨ ਰਿਸੋਰਸ ਹੈ HR ਸਾਨੂੰ ਉਹਦੀ ਹਾਇਰਿੰਗ ਕਰਨੀ ਪੈਣੀ ਆ ਜੀ ਸੋ ਜਿੱਥੇ ਇੱਕ ਟਾਈਮ ਤੇ AI ਜੋਬਸ ਕੱਟ ਕਰਨ ਦੀ ਕੋਸ਼ਿਸ਼ ਕਰ ਰਹੀ ਉੱਥੇ ਜੋਬਸ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਜੀ ਸਰ ਐਟ ਦ ਸੇਮ ਟਾਈਮ ਅਸੀਂ ਇਹ ਦੇਖਦੇ ਹਾਂ ਕਿ ਰੀਸੈਂਟਲੀ IT ਮਿਨਿਸਟਰੀ ਜਿਹੜੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ IT ਮਿਨਿਸਟਰੀ ਹੈ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਗਿਆ ਕਿ ਕਿਆ AI ਜੋਬਸ ਕੱਟ ਕਰ ਰਹੀ ਹੈ ਲੇਕਿਨ ਇੰਡੀਆ ਦੇ ਵਿੱਚ ਹਾਲੇ ਉਹ ਸੀਨੈਰੀਓ ਨਹੀਂ ਹੈ ਜੋਬ ਕੱਟ ਵਾਲਾ ਹਾਲੇ ਉਹ ਸੀਨੈਰੀਓ ਨਹੀਂ ਹੈ IT ਮਿਨਿਸਟਰੀ ਨੇ ਦਾ ਕੀ ਰਿਸਪੋਂਸ ਸੀਗਾ ਕਿ ਅਕੋਰਡਿੰਗ ਟੂ
आईटी जिहड़ी एआई है इट इज नॉट करंटली कटिंग द जॉब्स ओके जॉब्स दा प्रभाव आईटी आईटी दे जिहड़े जॉब्स दा प्रभाव एआई नहीं पा रही एआई ओदा प्रभाव हालांकि सर इस तो उल्टा असीं देखिए तां नियरली 2035 यानी करीब करीब तुसीं कह लो 10 या 12 साल बाद ਸਾਡੀ ਜੀ ਡੀ ਪੀ ਦਾ 1.5% ਏ ਆਈ ਹੀ ਸਾਨੂੰ ਕੰਟਰੀਬਿਊਟ ਕਰੂਗੀ ਇੰਡੀਆ ਦੀ ਜੀ ਡੀ ਪੀ ਦਾ ਨੀਅਰਲੀ ਉਸ ਟਾਈਮ ਤੇ ਜਿਹੜੀ ਜੀ ਡੀ ਪੀ ਹੋਊਗੀ 1.5% ਉਹਦਾ ਏ ਆਈ ਹੀ ਕੰਟਰੀਬਿਊਟ ਉਹਦਾ ਕਰੂਗੀ ਰਾਈਟ ਸੋ ਸਰ ਜਿੱਥੇ ਅਸੀਂ ਇਹ ਕਹਿੰਦੇ ਹਾਂ ਕਿ ਜੋਬਸ ਕੱਟ ਹੋ ਰਹੀਆਂ ਉੱਥੇ ਜੋਬਸ ਕ੍ਰੀਏਟ ਵੀ ਹੋ ਰਹੀਆਂ ਕ੍ਰੀਏਟ ਵੀ ਹੋ ਰਹੀਆਂ ਬਿਲਕੁਲ ਸਰ ਬਿਲਕੁਲ ਸਹੀ ਗੱਲ ਹੈ ਸਾਡੇ ਦਰਸ਼ਕ ਜਿਹੜੇ ਸਾਡੇ ਵਿਊਅਰਸ ਨੇ ਉਹ ਸਟੂਡੈਂਟਸ ਜ਼ਿਆਦਾ ਨੇ ਸੋ ਸਟੂਡੈਂਟਸ ਦੇ ਲਈ ਇਸ ਰਿਗਾਰਡਿੰਗ ਕਿਉਂਕਿ ਟੈਕਨੋਲੋਜੀ ਸਰ ਹਰ ਪਾਸੇ ਹੈ ਬਿਲਕੁਲ ਅਗਰ ਕੋਈ ਬੰਦਾ ਟੈਕਨੋਲੋਜੀ ਦੀ ਸਟ੍ਰੀਮ ਦਾ ਨਹੀਂ ਵੀ ਹੈ ਉਹ ਵੀ ਟੈਕਨੋਲੋਜੀ ਨਾਲ ਜੁੜਿਆ ਹੋਇਆ ਹਰ ਬੰਦਾ ਵੀਡੀਓ ਐਡੀਟਿੰਗ ਕਰਨਾ ਜਾਣਦਾ ਹਰ ਬੰਦਾ ਫੋਟੋ ਖਿੱਚ ਕੇ ਅਪਲੋਡ ਕਰਨਾ ਜਾਣਦਾ ਅੱਜ ਕੱਲ੍ਹ ਤਾਂ ਉਹ ਆਵਾਜ਼ ਵੀ ਅਗਰ ਕਿਸੇ ਦੀ ਚੱਕਣੀ ਹੋਵੇ ਅਗਰ ਮੇਰੀ ਆਵਾਜ਼ ਲਾਉਣੀ ਹੋਵੇ ਗਾਣਾ ਕੋਈ ਹੋਰ ਚੱਲਦਾ ਹੋਵੇ ਤਾਂ ਮੇਰੀ ਆਵਾਜ਼ ਚੱਲੇਗੀ ਬਿਲਕੁਲ ਸੋ ਜਿਹੜੇ ਬੱਚੇ ਹੁਣ ਪਲੱਸ ਟੂ ਤੋਂ ਬਾਅਦ ਪਲੱਸ ਟੂ ਪਾਸ ਕਰਕੇ ਅੱਗੇ ਵੱਧ ਰਹੇ ਹੈਗੇ ਗੋ ਫਰਦਰ ਟੂ ਦੇਅਰ ਸਟੱਡੀਜ਼ ਉਹਨਾਂ ਲਈ ਤੁਸੀਂ ਕੀ ਸੁਝਾਵ ਦੇਣਾ ਚਾਹੁੰਦੇ ਹੋ ਕਿ ਅਗਰ ਏ ਆਈ ਯੂਜ਼ ਕਰਨ ਜਾਂ ਜਿਹੜੇ ਆਲਰੇਡੀ ਇਸ ਫੀਲਡ ਨਾਲ ਜੁੜੇ ਹੋਏ ਆ ਉਹਨਾਂ ਨੂੰ ਤੁਸੀਂ ਕੀ ਸੁਝਾਵ ਦੇਣਾ ਚਾਹੁੰਦੇ ਹੋ ਕਿ ਉਹ ਕੀ ਕਰਨ ਉਹਨਾਂ ਲਈ ਕੀ ਮੈਸੇਜ ਹੈ ਤੁਹਾਡੇ ਲਈ ਜੀ ਸਰ ਸਭ ਤੋਂ ਪਹਿਲਾਂ ਤਾਂ ਮੇਰਾ ਇਹ ਖਿਆਲ ਹੈ ਕਿ 12th ਤੋਂ ਬਾਅਦ ਪਲੱਸ ਟੂ ਕਰਨ ਤੋਂ ਬਾਅਦ ਸਟੂਡੈਂਟ ਜੇ ਏ ਆਈ ਦੇ ਫੀਲਡ ਵਿੱਚ ਜਾਣਾ ਚਾਹੁੰਦਾ ਉਹਦਾ ਸਭ ਤੋਂ ਜਿਹੜਾ ਮੈਂ ਕਹੂੰਗਾ ਈਜ਼ੀ ਆਊਟ ਦੈਟ ਇਜ਼ ਇੰਜੀਨੀਅਰਿੰਗ ਐਗਜ਼ਾਮਸ ਕਿਉਂਕਿ ਜਿੱਦਾਂ ਅਸੀਂ ਬੀ ਟੈਕ ਫੋਰ ਐਗਜ਼ਾਮਪਲ ਕਰਦੇ ਹਾਂ ਜਾਂ ਬੀ ਈ ਕਰਦੇ ਹਾਂ ਬੈਚਲਰ ਆਫ ਇੰਜੀਨੀਅਰਿੰਗ ਜਾਂ ਬੈਚਲਰ ਆਫ ਟੈਕਨੋਲੋਜੀ ਸਰ ਇਹ ਜਿਹੜੀਆਂ ਸਾਡੇ ਕੋਲ ਡਿਗਰੀਜ਼ ਹੈ ਇਹ ਸਾਨੂੰ ਸਪੈਸ਼ਲਾਈਜ਼ ਸਟ੍ਰੀਮਸ ਦੇ ਵਿੱਚ ਸਾਨੂੰ ਕਰਨੀ ਚਾਹੀਦੀ ਫੋਰ ਐਗਜ਼ਾਮਪਲ ਏ ਆਈ ਐਂਡ ਐਮ ਐਲ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਠੀਕ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਸ਼ੀਨ ਲਰਨਿੰਗ ਦੇ ਵਿੱਚ ਬਹੁਤ ਵੱਡਾ ਰੋਲ ਹੈ ਸੋ ਤੁਹਾਨੂੰ ਦੋਨਾਂ ਦੀ ਨੌਲੇਜ ਦਿੱਤੀ ਜਾਂਦੀ ਹੈ ਬੀ ਟੈਕ ਦੇ ਅੰਦਰ ਜੀ ਜਦੋਂ ਤੁਸੀਂ ਬੀ ਟੈਕ ਜਾਂ ਬੀ ਈ ਕਰ ਲੈਂਦੇ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਬਹੁਤ ਹੀ ਵਾਈਡ ਕਰੀਅਰ ਪ੍ਰੋਸਪੈਕਟਸ ਨਿਕਲ ਕੇ ਆ ਜਾਂਦੇ ਫੋਰ ਐਗਜ਼ਾਮਪਲ ਜਿੱਦਾਂ ਅਸੀਂ ਡੀਪ ਲਰਨਿੰਗ ਦੇ ਵਿੱਚ ਜਾ ਸਕਦੇ ਹਾਂ ਡੇਟਾ ਸਾਇੰਸ ਦੇ ਵਿੱਚ ਜਾ ਸਕਦੇ ਹਾਂ ਜੀ ਸਾਡੇ ਕੋਲ ਬਹੁਤ ਵਾਈਡ ਕਰੀਅਰ ਪ੍ਰੋਸਪੈਕਟਸ ਹੈ ਏ ਆਈ ਦੇ ਸਰ ਅੱਜ ਦੇ ਟਾਈਮ 'ਤੇ ਏ ਆਈ ਸਿਰਫ ਕੁਛ ਫੀਲਡ ਦੇ ਨਾਲ ਰਿਲੇਟਿਡ ਹੀ ਨਹੀਂ ਹੈ ਬਲਕਿ ਅੱਜ ਦੇ ਟਾਈਮ 'ਤੇ ਤੁਸੀਂ ਦੇਖੋ ਹਰ ਚੀਜ਼ ਦੇ ਵਿੱਚ ਤੁਸੀਂ ਮੈਨੂਫੈਕਚਰਿੰਗ ਦੇਖ ਲਓ ਇੰਡਸਟਰੀ ਦੇ ਵਿੱਚ ਕਿਤੇ ਵੀ ਤੁਸੀਂ ਦੇਖ ਲਓ ਕੋਡਿੰਗ ਤੁਸੀਂ ਦੇਖ ਸਕਦੇ ਹੈ ਡਿਵੈਲਪਰਸ ਜਿੱਦਾਂ ਆਪਣੇ ਹੈ ਆਈ ਟੀ ਇੰਡਸਟਰੀ ਦੇ ਉੱਥੇ ਸਾਰੇ ਕਿਤੇ ਏ ਆਈ ਹੀ ਚੱਲ ਰਹੀ ਹੈ ਜੀ ਅੱਜ ਦੇ ਟਾਈਮ 'ਤੇ ਸਰ ਇੱਕ ਮੈਂ ਜ਼ਰੂਰ ਤੁਹਾਨੂੰ ਗੱਲ ਕਰਨਾ ਚਾਹੂੰਗਾ ਜੇ ਤੁਹਾਡੇ ਕੋਲ ਸਮੇਂ ਚੈਟ ਜੀਪੀਟੀ ਦਾ ਜ਼ਰੂਰ ਮੈਂ ਡਿਸਕਸ ਕਰਨਾ ਚਾਹੂੰਗਾ ਜੀ 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 ਬਿਲਕੁਲ ਸਰ ਅੱਜ ਦੇ ਟਾਈਮ 'ਤੇ ਜੇ ਸਾਨੂੰ ਕੋਈ ਰਿਸੋਰਸ ਗੂਗਲ 'ਤੇ ਸਰਚ ਕਰਕੇ ਵੀ ਨਹੀਂ ਮਿਲ ਰਿਹਾ ਅਸੀਂ ਕੀ ਕਰਦੇ ਹਾਂ ਚੈਟ ਜੀਪੀਟੀ 'ਤੇ ਜਾਂਦੇ ਹਾਂ ਜੀ ਉੱਥੇ ਜਾ ਕੇ ਅਸੀਂ ਆਪਣਾ ਕੁਐਸਚਨ ਐਂਟਰ ਕਰਦੇ ਹਾਂ ਔਰ ਸਾਨੂੰ ਉਹ ਸੋਲੂਸ਼ਨ ਮਿਲ ਜਾਂਦਾ ਹੈ ਸਰ ਚੈਟ ਜੀਪੀਟੀ ਕਿੱਦਾਂ ਕੰਮ ਕਰ ਰਿਹਾ ਚੈਟ ਜੀਪੀਟੀ ਡੇਟਾ ਸਾਇੰਸ ਨੂੰ ਯੂਜ਼ ਕਰ ਰਿਹਾ ਡੀਪ ਲਰਨਿੰਗ ਨੂੰ ਯੂਜ਼ ਕਰ ਰਿਹਾ ਜੀ ਡੇਟਾ ਸਾਇੰਸ ਦੇ ਵਿੱਚ ਸਰ ਕੀ ਹੈ ਸਾਡੇ ਕੋਲ ਐਕਸਟ੍ਰੀਮਲੀ ਬਹੁਤ ਹਿਊਜ ਅਮਾਊਂਟ ਆਫ ਡੇਟਾ ਹਾਲਾਂਕਿ ਬਿਗ ਡੇਟਾ ਦੇ ਅੰਦਰ ਵੀ ਆ ਜਾਂਦਾ ਹੈ ਦੇ ਆਰ ਡਿਪੈਂਡੈਂਟ ਦੀਸ ਫੀਲਡਸ ਆਰ ਡਿਪੈਂਡੈਂਟ ਔਨ ਵਨ ਅਨਦਰ ਸੋ ਕਰੀਅਰ ਚੈਟ ਜੀਪੀਟੀ ਕੀ ਕਰ ਰਿਹਾ ਸਾਰੇ ਦੇ ਸਾਰੀਆਂ ਇਨਫੋਰਮੇਸ਼ਨ ਕਲੈਕਟ ਕਰ ਰਿਹਾ ਔਰ ਸਾਨੂੰ ਉਹਨੇ ਪ੍ਰੋਵਾਈਡ ਕਰ ਦਿੱਤਾ ਰਾਈਟ ਹੁਣ ਯੂਜ਼ਰ ਦੀ ਮਰਜ਼ੀ ਹੈ ਕਿ ਉਹ ਉਸ ਇਨਫੋਰਮੇਸ਼ਨ ਤੋਂ ਕੀ ਕੱਢਣਾ ਚਾਹੁੰਦਾ ਜੀ ਇੱਥੇ ਸਰ ਐਡਵਾਂਟੇਜ ਵੀ ਹੈ ਚਲੋ ਏ ਆਈ ਨੇ ਸਾਨੂੰ ਇਨਫੋਰਮੇਸ਼ਨ ਵੀ ਈਜ਼ੀਲੀ ਪ੍ਰੋਵਾਈਡ ਕਰਤੀ ਬਟ ਇਹਦੀ ਡਿਸਐਡਵਾਂਟੇਜ ਵੀ ਜ਼ਰੂਰ ਆ ਜਾਂਦੀ ਹੈ ਕਿ ਕਿਆ ਉਹ ਇਨਫੋਰਮੇਸ਼ਨ ਨੂੰ ਡਿਸਟਿੰਗੁਇਸ਼ ਕਰਨਾ ਹਿਊਮਨਸ ਦਾ ਕੰਮ ਹੈ ਜੀ ਅਸੀਂ ਨੈਗੇਟਿਵ ਇਨਫੋਰਮੇਸ਼ਨ ਨੂੰ ਨਹੀਂ ਕਰਨਾ ਚਾਹੁੰਦੇ ਬਟ ਉਹਨੇ ਸਾਨੂੰ ਹਰ ਇਨਫੋਰਮੇਸ਼ਨ ਦੇ ਦਿੱਤੀ ਹਰ ਇਨਫੋਰਮੇਸ਼ਨ ਜੀ ਬਿਲਕੁਲ ਸਹੀ ਗੱਲ ਹੈ ਸਰ ਏ ਆਈ ਦਾ ਬੱਚਿਆਂ ਦੇ ਅੱਗੇ ਬ੍ਰਾਈਟ ਫਿਊਚਰ ਦੇ ਉੱਤੇ ਕੀ ਇਫੈਕਟ ਹੈ ਕੀ ਪ੍ਰਭਾਵ ਪੈਂਦਾ ਹੈ ਕੀ ਤੁਸੀਂ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ ਸਰ ਮੇਰਾ ਖਿਆਲ ਹੈ ਕਿ ਇੱਕ ਪੋਜ਼ਿਟਿਵ ਇੰਪੈਕਟ ਪਊਗਾ ਜਿੱਦਾਂ ਸਰ ਅਸੀਂ ਜੇ ਅਸੀਂ ਦੇਖੀਏ ਤਾਂ ਫੈਕਟਸ ਐਂਡ ਫਿਗਰਸ ਦੇ ਬਾਰੇ ਗੱਲ ਕਰੀਏ ਕਰੀਬ ਕਰੀਬ 1.5 billion ਦੀ ਜਿਹੜੀ ਇੰਡਸਟਰੀ ਉਹ ਖੜੀ ਹੋ ਰਹੀ ਹੈ ਵਰਲਡ ਵਾਈਡ 2025 ਤੱਕ ਯਾਨੀ ਅਗਲੇ ਆਉਂਦੇ ਆਉਂਦੇ 2 ਸਾਲ ਦੇ ਵਿੱਚ ਕਰੀਬ ਕਰੀਬ 2 ਸਾਲਾਂ ਦੇ ਵਿੱਚ ਸਾਡੇ ਕੋਲ 1.5 billion ਦੀ ਇੰਡਸਟਰੀ ਖੜੀ ਹੋ ਰਹੀ ਹੈ ਏ ਆਈ ਦੀ ਇਸ ਤੋਂ ਵਧੀਆ ਸਰ ਇਹ ਟਾਈਮ ਏ ਆਈ ਦਾ ਹੀ ਟਾਈਮ ਹੈ ਸਟੂਡੈਂਟਸ ਲਈ ਇਸ ਤੋਂ ਵਧੀਆ ਟਾਈਮ ਮੇਰਾ ਖਿਆਲ ਨਹੀਂ ਹੈ ਕਿ ਏ ਆਈ ਦੇ ਵਿੱਚ ਐਂਟਰ ਕਰਨ ਦਾ ਹੈ ਸੋ ਕਰੀਅਰ ਦੇ ਹਿਸਾਬ ਨਾਲ ਜੇ ਅਸੀਂ ਗੱਲ ਕਰੀਏ ਸਟੂਡੈਂਟਸ ਇੱਕ ਬਹੁਤ ਹੀ ਬ੍ਰਾਈਟ ਫਿਊਚਰ ਬਣ ਸਕਦਾ ਹੈ ਇੱਕ ਕੰਪਲੀਟ ਸਰ ਬਹੁਤ ਅੱਛਾ ਪੈਕੇਜ ਕੰਪਨੀਜ਼ ਔਫਰ ਕਰਦੀਆਂ ਜਿੱਦਾਂ ਫੋਰ ਐਗਜ਼ਾਮਪਲ ਜੇ ਗੂਗਲ 'ਚ ਬੱਚਾ ਪਲੇਸ ਹੋ ਰਿਹਾ ਤਾਂ ਗੂਗਲ ਦਾ ਜਿਹੜਾ ਏ ਆਈ ਦਾ ਡਿਵੀਜ਼ਨ ਹੈ ਜੀ ਉਹੀ ਸਰ ਇੱਕ ਐਕਸਟ੍ਰੀਮਲੀ ਕਮਾਲ ਮਤਲਬ ਬਹੁਤ ਵਧੀਆ ਐਕਸਟ੍ਰੀਮਲੀ ਗੁੱਡ ਸੈਲਰੀ ਪੈਕੇਜ ਔਫਰ ਕਰਦਾ ਰਾਈਟ ਰਾਈਟ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ ਥੈਂਕ ਯੂ ਅਤੇ ਮੈਂ ਉਮੀਦ ਕਰਦਾ ਵਾਂ ਸਾਰੇ ਦਰਸ਼ਕਾਂ ਲਈ ਵੀ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੋਡਕਾਸਟ ਰਹੇਗਾ ਕਿਉਂਕਿ ਇਹਦੇ ਵਿੱਚ ਅਸੀਂ ਜਾਣਿਆ ਕਿ ਏ ਆਈ ਦੇ ਨਾਲ ਕਿਵੇਂ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਔਰ ਕੀ ਹੈ ਏ ਆਈ ਔਰ ਏ ਆਈ ਬੱਚਿਆਂ ਲਈ ਉਹਨਾਂ ਦਾ ਫਿਊਚਰ ਕਿੰਨਾ ਜ਼ਿਆਦਾ ਇਫੈਕਟ ਹੋ ਸਕਦਾ ਕਿੰਨਾ ਜ਼ਿਆਦਾ ਇੰਪੋਰਟੈਂਟ ਔਰ ਕਿੱਦਾਂ ਉਹਨਾਂ ਦਾ ਕਰੀਅਰ ਬਣ ਸਕਦਾ ਇੱਦਾਂ ਦੇ ਹੋਰ ਪੋਡਕਾਸਟ
सुनने लई साडे नाल जुड़े रहो ते सानू कमेंट करके जरूर दसो कि होर तुसी किद्दां दे किस तरह के पॉडकास्ट देखना चाहोगे। ते इस दे नाल ही मैनू अपने दोस्त गगन नू दो इजाजत। नमस्कार।